एवन पंजाबी की नई अपडेट जानने के लिए बेल आइकन पर क्लिक करें और एवन पंजाबी को सब्सक्राइब करें। आए दिन लुटेरियां वालों लूटा खोआ दियां वारदातां नूं बेखौफ होके अंजाम दिता जांदा है। ताजा मामला पठानकोट दे डलहौजी रोड दा है, जिथे भीड़ भाड़ वाले इलाके विच लुटेरियां ने शातिर ढंग नाल कार विच पई नकदी उते हाथ साफ कर दिता। ਚੋਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ ਵਿੱਚੋਂ 1,25,000 ਤੋਂ ਵੱਧ ਦਾ ਕੈਸ਼ ਵਾਲਾ ਬੈਗ ਲੁੱਟ ਲਿਆ ਅਤੇ ਫਰਾਰ ਹੋ ਗਏ। ਕਾਰ ਦਾ ਮਾਲਕ ਸਾਹਿਬ ਸਿੰਘ ਹਿਮਾਚਲ ਦਾ ਰਹਿਣ ਵਾਲਾ ਹੈ, ਜੋ ਕੋਈ ਸਮਾਨ ਲੈਣ ਲਈ ਪਠਾਨਕੋਟ ਆਇਆ ਸੀ। ਸਮਾਨ ਖਰੀਦ ਕੇ ਜਦੋਂ ਪੈਸੇ ਲੈਣ ਲਈ ਮਾਲਕ ਕਾਰ ਕੋਲ ਆਇਆ ਤਾਂ ਗੱਡੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਤੇ ਕੈਸ਼ ਵਾਲਾ ਬੈਗ ਗਾਇਬ ਸੀ। ਉਧਰ ਮਾਮਲਾ ਦਰਜ ਹੁੰਦੇ ਹੀ ਪੁਲਿਸ ਵੀ ਕਾਰਵਾਈ ਕਰਨ ਵਿੱਚ ਜੁਟ ਚੁੱਕੀ ਹੈ। ਆਏ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ ਉਤਰ ਕੇ ਸਿੱਧੇ ਇੱਥੇ ਆਏ। ਕੁਛ ਸਮਾਨ ਲੈਣਾ ਥਾ ਅਤੇ ਸਮਾਨ ਇੱਥੇ ਮਿਲਿਆ ਨਹੀਂ ਇਹਨਾਂ ਕੋਲ ਬੈਰਿੰਗ, ਅਸੀਂ ਰਾਜਸ਼ੇਲ ਵਾਲੇ ਕੋਲ ਮੰਗਾਉਣੇ ਡਰਾਈਵਰ ਭੇਜਿਆ। ਜਿਤਨੀ ਦੇਰ ਨੂੰ ਡਰਾਈਵਰ 15 ਮਿੰਟ 'ਚ ਲੈ ਕੇ ਆਏ, 20 ਮਿੰਟ 'ਚ ਉਹਨੇ ਬੋਲਿਆ ਕਿ ਕੋਈ ਡਰਾਈਵਰ ਜਾਂ ਗੱਡੀ ਵਾਲਾ ਕੋਈ ਸ਼ੀਸ਼ਾ ਤੋੜ ਗਿਆ ਗੱਡੀ ਦਾ। ਲੇਕਿਨ ਮੈਂ ਵੱਲੋਂ ਕਿਹਾ ਕਿ ਗੱਡੀ ਵਾਲਾ ਯਾਰ ਦੇਖ ਤਾਂ ਲਓ ਸਮਾਨ ਅੰਦਰ ਨਹੀਂ। ਉਹ ਜਿਸ ਵੇਲੇ ਜਾ ਕੇ ਦੇਖਿਆ ਸਮਾਨ ਗੱਡੀ ਦਾ ਮੇਰਾ ਬੈਗ ਜਿਹੜਾ ਥਾ ਉਹ ਗਾਇਬ ਥਾ। ਕੀ ਸਮਾਨ ਸੀ ਤੁਹਾਡਾ? ਉਸ ਵਿੱਚ ਕੈਸ਼ ਤਾਂ ਕੋਈ 1,25,000 ਜਾਂ 30,000 ਦੇ ਵਿੱਚ, ਔਰ ਕੁਝ ਜ਼ਰੂਰੀ ਕਾਗਜ਼ ਥੇ। ਇੱਕ ਰਿਵੋਲਵਰ ਦਾ ਲਾਇਸੈਂਸ ਥਾ, ਮੇਰਾ ਡਰਾਈਵਿੰਗ ਲਾਇਸੈਂਸ ਥਾ, ਔਰ ਕੁਝ ਮੇਰੀ ਮੈਡੀਕਲ ਦੀ ਫਾਈਲ ਵਗੈਰਾ ਥੀ। ਪਹਿਲੀ ਇਸ ਤਰ੍ਹਾਂ ਵੀ ਗੱਡੀ ਰੋਡ 'ਤੇ ਇਹਨਾਂ ਨੇ ਜਦੋਂ ਖੜੀ ਗੱਡੀ ਦੇ ਵਿੱਚ ਬੈਗ ਪਿਆ ਸੀ, ਬੈਗ ਦੇ ਵਿੱਚ ਚੁੱਕ ਕੇ ਕੋਈ ਨਾਮ ਨੂੰ ਵਿਅਕਤੀ ਸ਼ੀਸ਼ਾ ਤੋੜ ਕੇ ਲੈ ਗਏ। ਕਿੰਨੀ ਰਕਮ ਸਰ ਤੁਸੀਂ ਲੈ ਗਏ? ਇਹ ਤਾਂ ਹੁਣ ਇਹਨਾਂ ਦੇ ਦੱਸਣ ਮੁਤਾਬਕ ਇਹ ਹੈ ਕਿ 1,20,000-25,000 ਸੀਗਾ ਇਹਦੇ 'ਚ। 50,000 ਰੁਪਇਆ ਗਿਆਨ ਸਿੰਘ ਦਾ ਸੀ, 50,000 ਰੁਪਇਆ ਸਾਹਿਬ ਸਿੰਘ ਦਾ ਸੀਗਾ। ਟਰਾਂਸਪੋਰਟਰ ਹੈਗੇ ਨੇ, ਟਰਾਂਸਪੋਰਟ ਦਾ ਉਹਨਾਂ ਦਾ ਕਾਰੋਬਾਰ, ਸਮਾਨ ਖਰੀਦਣ ਵਾਸਤੇ ਆਏ ਸੀ। ਸਰ ਕੁਝ ਦਿਨ ਪਹਿਲਾਂ ਵੀ ਇਹ ਵਾਰਦਾਤ ਇੱਦਾਂ ਹੋ ਰਹੀ ਹੈ, ਇਲੈਕਸ਼ਨ ਦਾ ਟਾਈਮ ਹੈਗਾ, ਫਿਰ ਵੀ ਇੱਦਾਂ ਦੀ ਵਾਰਦਾਤ ਹੈ, ਕਿੱਥੇ ਪੁਲਿਸ ਕਿੱਥੇ ਚੁੱਕ ਰਹੀ, ਕਿੱਥੇ ਕਮੀ ਦਿਖ ਰਹੀ ਹੈ ਪੁਲਿਸ? ਨਹੀਂ, ਕਮੀ ਕੋਈ ਨਹੀਂ ਸਾਡੇ ਵੱਲੋਂ ਦੇਖੀ ਜਾ ਰਹੀ ਜੀ। ਦੇਖੋ ਹੁਣ ਤੁਸੀਂ ਇਹ ਬਾਜ਼ਾਰ ਦੇ ਵਿੱਚ ਰੋਡ ਦੇ ਉੱਪਰ ਗੱਡੀ ਲਾਈ ਆ ਅਤੇ ਉਹਦੇ ਨਾਲ ਬਾਕੀ ਇੱਥੇ ਪਬਲਿਕ ਵੀ ਖੜੀ ਹੈ, ਕੰਮ ਕਾਰ ਵੀ ਵਰਕਰ ਕਰ ਰਹੇ ਨੇ, ਅਤੇ ਇਹਨਾਂ ਦਾ ਵੀ ਇਹ ਦੇਖਿਆ ਜਾਵੇ ਤਾਂ ਇਹਨਾਂ 'ਤੇ ਥੋੜ੍ਹਾ ਬਹੁਤਾ ਆਪ ਵੀ ਨਿਗਰਾਨੀ ਰੱਖਣੀ ਚਾਹੀਦੀ ਹੈ ਨਾ। ਸਰ ਅਸੀਂ ਤਾਂ ਜਗ੍ਹਾ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ, ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ? ਭੀੜ ਭੜਾਕੇ ਹੁਣ ਜਿਹੜੀ ਵਾਰਦਾਤਾਂ ਇਸ ਤਰ੍ਹਾਂ ਹੋਈ ਹੈ, ਇਹਦੇ ਬਾਰੇ ਹੁਣ ਅਸੀਂ ਇਹ ਆ ਵੀ ਮੁਕੱਦਮਾ ਦਰਜ ਕਰਨ ਤੋਂ ਬਾਅਦ ਜੋ ਤਫਤੀਸ਼ ਦੇ ਸਾਹਮਣੇ ਅਸੀਂ ਫੜ ਕੇ ਦੋਸ਼ੀਆਂ ਨੂੰ ਉਹਦੇ ਖਿਲਾਫ਼ ਕਾਰਵਾਈ ਤਾਂ ਕਰਾਂਗੇ।